जी, मेरा नाम हरकैन सिंह, मैनू पिंड बद्ध से चुनिया गया। मेरा पिंड हंसराव नवां शहर जिला। बहुत धन्यवादी हैं जिन्होंने मैं कीमती वोट पा के पिंड का सरपंच चुनिया गया। यही मुद्दा लैके चलिया था जी, मैं पिंड का विकास करूँगा, वधिया ढंग नाल अपने पिंड की संभाल भी करूँगा। मैं अपने पिंड लई छप्पड़ पानी से बहुत गंदा पानी है जी, अपने शमशान घाट लई, पिंड दी गलियां गलियां नालियां लई मंग दी, घर ग्रांट की मंग कर रहे जी। मैनू जी सरकार तो मैं मांग करदा भी मैनू समय सिर ग्रांटा दित्तियां जा, जो कि मैं अपने पिंड का सुधार कर सकता। नौजवान वीरां नूं सारयां नूं यही संदेश दिंदा कि नशियां नूं छड्ड के अपने खेड वल, अपने शरीर वल अपने ध्यान दो। सरकार दे मूहरे भी संदेश करदा कि जां अपने नौजवान वीरां नूं जिहड़े पढ़े लिखे आ उहनां नूं रुजगार भी दित्ता जाए। मैं बहुत धन्नवादी हाँ मेरे पिंड वासियां दा जिन्हां ने मैनूं वोटरां पा के सहयोग दे के अपने ते सरपंच चुणिया गया। ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਵੀ ਮੈਂ ਆਪਣੇ ਪਿੰਡ ਲਈ ਭਲਾਈ ਕਰੂੰਗਾ ਅਤੇ ਖਰਾ ਉਤਰੂੰਗਾ ਜੀ। ਮੈਂ ਸਾਰੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਉਹਨਾਂ ਦੀਆਂ ਉਮੀਦਾਂ 'ਤੇ ਖਰਾ ਉਤਰੂੰਗਾ। ਸਾਡੀ ਅਸੀਂ ਪੰਚਾਇਤ ਗ੍ਰਾਮ ਪੰਚਾਇਤ ਹੰਸਰੋਂ ਸਰਪੰਚ ਸਾਹਿਬ ਹੋਰ ਅਸੀਂ ਸਭ ਪੰਚਾਇਤਾਂ 'ਤੇ ਆਈਆਂ, ਪੰਚਾਇਤਾਂ ਆਉਣੀਆਂ ਛੱਪੜ ਦੇਖ ਕੇ ਚਲੀ ਜਾਂਦੀਆਂ, ਪਰ ਕਿਸੇ ਨੇ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਇਹਦੇ ਵੱਲ। ਅਤੇ ਸਾਡੀ ਮੰਗ ਇਹ ਆ ਕਿ ਸਾਡੇ ਛੱਪੜ ਦਾ ਤੁਰੰਤ ਤੋਂ ਤੁਰੰਤ ਸੁਧਾਰ ਕੀਤਾ ਜਾਵੇ, ਪਾਣੀ ਦਾ ਨਿਕਾਸ ਕੀਤਾ ਜਾਵੇ ਅਤੇ ਇਹਦੇ ਵਿੱਚ ਜੋ ਗੰਦਗੀ ਉਹਦੀ ਸਫਾਈ ਕੀਤੀ ਜਾਵੇ। ਅਸੀਂ ਸਾਰਿਆਂ ਦਾ ਇਹ ਤਹਿ ਧੰਨਵਾਦ ਕਰਦੇ ਮੰਗ ਕਰਦੇ ਹਾਂ ਜੋ ਛੱਪੜ 'ਚ ਸਾਡੇ ਪਿੰਡ ਹੰਸਰੋਂ ਵਿੱਚ ਜੋ SC ਆਪਣੇ ਘਰਾਂ ਦੇ ਨਾਲ ਹੈ, ਜੋ ਘਰਾਂ ਦੇ ਕੋਲ ਜ਼ਿਆਦਾ ਨਜ਼ਦੀਕ ਹੈ, ਉਹ ਬਹੁਤ ਗੰਦਾ ਹੈ, ਜਿਹਦੇ ਨਾਲ ਸਾਡੇ ਘਰ ਬੱਚਿਆਂ ਨੂੰ ਅਤੇ ਹੋਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਜੋ ਬਿਮਾਰੀ ਦੇ ਖਤਰੇ 'ਤੇ ਜੂਝ ਰਹੇ ਹਨ। ਅਤੇ ਅਸੀਂ ਸਾਡੇ ਕੋਲ ਜਿੰਨੀਆਂ ਪਹਿਲਾਂ ਹੀ ਪੰਚਾਇਤਾਂ ਆਈਆਂ, ਕਿਸੇ ਨੇ ਵੀ ਇਹ ਛੱਪੜ ਬਾਰੇ ਕੋਈ ਧਿਆਨ ਦਿੱਤਾ, ਕੋਈ ਸਫਾਈ ਨਹੀਂ ਕੀਤੀ। ਅਸੀਂ ਇਹ ਮੰਗ ਕਰਦੇ ਹਾਂ ਕੈਸਰ ਤੋਂ, ਮੌਜੂਦਾ ਪੰਚਾਇਤ ਤੋਂ ਇਹ ਮੰਗ ਕਰਦੇ ਹਾਂ ਕਿ ਸਾਰੇ ਪਿੰਡ ਵਾਸੀ ਕਿ ਇਸ ਛੱਪੜ ਦਾ ਸੁਧਾਰ ਕੀਤਾ ਜਾਵੇ, ਜੋ ਕਿ ਇਸ ਬਿਮਾਰੀ ਤੋਂ ਅਸੀਂ ਬਚੀਏ। ਜੋ ਗੰਦਗੀ ਹੈ ਜੋ ਸਾਡੇ ਸਾਨੂੰ ਬਹੁਤ ਪਰੇਸ਼ਾਨ ਕਰਦੀ ਆ, ਜੋ ਇਹਦੇ ਵਿੱਚ ਮੱਛਰ ਬਰਸਾਤ ਦਾ ਛੱਪੜ ਭਰ ਜਾਂਦਾ ਵਾ, ਸਾਡੇ ਘਰਾਂ 'ਚ ਪਾਣੀ ਵੜਦਾ ਵਾ, ਇਹ ਤੋਂ ਅਸੀਂ ਨਿਜਾਤ ਪਾ ਸਕੀਏ।